ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਮੇਰੇ ਗੁਰਿੰਦਰਜੀਤ ਸਿੰਘ ਨੀਟਾ ਮਾਛੀ ਦੇ ਵੱਲੋਂ ਬਲਾਈ ਉਹ ਬਹੁਤ ਹੀ ਪਿਆਰ ਤੇ ਸਤਿਕਾਰਪੂਰ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਅਕਸਰ ਕਰਵਾਉਂਦੇ ਰਹਿੰਨੇ ਆ ਅੱਜ ਦੇ ਸਾਡੇ ਖਾਸ ਮਹਿਮਾਨ ਹੋਣਗੇ ਨਾ ਧੜਕ ਪ੍ਰਚਾਰਕ ਪ੍ਰੋਫੈਸਰ ਸਰਵਜੀਤ ਸਿੰਘ ਜੀ ਧੁੰਦਾ ਜਿਹੜੇ ਪਿਛਲੇ ਪੂਰੇ ਹਫਤੇ ਤੋਂ ਪਿਛਲੇ ਐਤਵਾਰ ਤੋਂ ਫਰੀਜਨੋ ਦੇ ਗੁਰਦੁਆਰਾ ਸਿੰਘ ਸਵਾ ਵਿਖੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਰਹੇ ਨੇ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਨਿੱਘਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੋਫੈਸਰ ਸਾਹਿਬ ਮੈਂ ਦੇਖਿਆ ਕਿ ਫ੍ਰਿਜਨੋ ਦੇ دیਵਾਨਾ ਦੇ ਵਿੱਚ ਐਤਵਾਰ ਤੋਂ ਲੈ ਕੇ ਬੁੱਧਵਾਰ ਰਾਤਰੀ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਤੁਹਾਨੂੰ ਸੁਣਨ ਵਾਸਤੇ ਇੱਥੇ ਪਹੁੰਚੀ ਪਰ ਇਹਦੇ ਨਾਲ ਨਾਲ ਕੈਲੀਫੋਰਨੀਆ ਦੇ ਕੁਝ ਗੁਰੂ ਘਰਾਂ ਦੇ ਵਿੱਚ ਕੁਝ ਕੁ ਲੋਕਾਂ ਵੱਲੋਂ ਤੁਹਾਡੇ دیਵਾਨਾ ਦੇ ਵਿੱਚ ਮੈਂ ਸਮਝਦਾ ਕਿ ਵਿਗਨ ਪਾਉਣ ਦੀ ਸਫਲ ਕੋਸ਼ਿਸ਼ ਵੀ ਕੀਤੀ ਗਈ ਤੇ ਇਹਦੇ ਨਾਲ ਨਾਲ ਸਾਨੂੰ ਕੁਝ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਹੋਈ ਕਿ ਉਹਨਾਂ ਦੀ ਪੱਗ ਨੂੰ ਵੀ ਹੱਥ ਪਾਇਆ ਗਿਆ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਕਿ ਆਪਾਂ ਸਿੱਧਾ ਨਹੀਂ ਕਹਿ ਸਕਦੇ ਕਿ ਪੱਗ ਨੂੰ ਹੱਥ ਪਾਇਆ ਪਰ ਸਿੱਧੇ ਰੂਪ ਚ ਨਹੀਂ ਪਰ ਅਸਿੱਧੇ ਰੂਪ ਚ ਉਹ ਪੱਗ ਨੂੰ ਹੀ ਹੱਥ ਪਾਉਣਾ ਹੁੰਦਾ ਜਦੋਂ ਮੈਂ ਸਟੇਜ ਦੇ ਉੱਪਰ ਬੈਠਾ ਹਾਂ ਜਿਉਂ ਹੀ ਕਥਾ ਵਿਚਾਰ ਬੋਲਣੀ ਜਿਹੜੀ ਸ਼ੁਰੂ ਕੀਤੀ ਆ ਤੇ ਸਦਾ ਇੱਕ ਵੀਰ ਮਾਈਕ ਵਾਲ ਨੂੰ ਜਿਹੜਾ ਵਾ ਉਹ ਗੁੱਸੇ ਚ ਮਤਲਆਇਆ ਵਾ ਤੇ ਮੇਰੇ ਜੇ ਉੜਦੇ ਉੜਦੇ ਉਹਨਾਂ ਨੂੰ ਜਿਹੜਾ ਪਬਲਿਕ ਨੇ ਜਿਹੜਾ ਜਿਹੜੀ ਵਿੱਚ ਬੈਠੀ ਸੰਗਤ ਸੀ ਉਹਨਾਂ ਢਾ ਲਿਆ ਮਤਲਬ ਹੁਣ ਇੱਕ ਬੰਨੇ ਤੇ ਇਹ ਕਹਿੰਦੇ ਕਿ ਸਾਡੇ ਨਾਲ ਸਵਾਲ ਜਵਾਬ ਕਰੋ ਕੁਝ ਵਿਚਾਰ ਸਾਂਝੇ ਕਰੋ ਦੂਜੇ ਬੰਨੇ ਇਹ ਬੱਚਿਆਂ ਦੇ ਹੱਥ ਵਿੱਚ ਬੈਨਰ ਦੇਣੇ ਤੇ ਇਦਾਂ ਆਣ ਕੇ ਗੁਰਦੁਆਰੇ ਦਬਕੀ ਮਾਰਨੇ ਤੇ ਦੂਜਾ ਜਿਹੜਾ ਵਾ ਉਹ ਗੁਰਦੁਆਰੇ ਦੇ ਬਾਹਰ ਬੈਨਰ ਰਹਿਓ ਜੇ ਲੈਣੇ ਕਿ ਜਿਹੜੇ ਆਪਸ ਤਾਲਮੇਲ ਵੀ ਨਹੀਂ ਬਣਦੇ ਵਿੱਚ ਧੁੰਦਾ ਧੁਮਾ ਭਾਈ ਭਾਈ ਵੀ ਸਿੱਖ ਜਿਹੜਾ ਜਿਹੜਾ ਵਾ ਸਰਵਿਸ ਸਿੰਘ ਬਾਦਲ ਦਾ ਜਿਹੜਾ ਵਾ ਉਹ ਨੇ ਹੁੰਦੇ ਸਿੱਧਾ ਗੁਰਦੁਆਰਿਆਂ 'ਚ ਲੜਾਈਆਂ ਕਰਨ ਵਾਸਤੇ ਆਉਂਦੇ ਆ ਪਰ ਸਰ ਮੈਂ ਸੋਸ਼ਲ ਮੀਡੀਆ ਤੇ ਹੋਰ ਵੀ ਨਾ ਵੀਰਾਂ ਵੱਲੋਂ ਮੈਂ ਦੇਖਿਆ ਪੋਸਟਾਂ ਪੰਗ ਹੋਈਆਂ ਸੀ ਇਹ ਕਹਿੰਦੇ ਕਿ ਪ੍ਰੋਫੈਸਰ ਸਾਹਿਬ ਅਮਰੀਕਾ ਦੇ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਸੰਗਤ ਇੱਥੋਂ ਦੀ ਬੰਡੀ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਉਹ ਇੱਥੋਂ ਤੱਕ ਵੀ ਕਹਿੰਦੇ ਆ ਕਿ ਇਹਨਾਂ ਦੇ ਦੀਵਾਨ ਹੁਣ ਪੰਜਾਬ ਦੇ ਵਿੱਚ ਬਹੁਤੇ ਲੱਗਦੇ ਕੋਈ ਨਹੀਂ ਤੇ ਇਸੇ ਕਰਕੇ ਇਹ ਬਾਹਰਲੇ ਦੇਸ਼ਾਂ ਵੱਲ ਨੂੰ ਆ ਰਹੇ ਆ ਇਹਦੇ ਵਿੱਚ ਕਿੰਨੀ ਸੱਚਾਈ ਹੈ ਪਹਿਲੀ ਗੱਲ ਤੇ ਹੈ ਕਿ ਮੇਰੇ ਖਿਆਲ ਚ ਆ ਜਿਹੜੀ ਤੁਸੀਂ ਇੰਟਰਵਿਊ ਲੈ ਰਹੇ ਇਹ ਪੰਜਾਬ ਦੇ ਸਿੱਖਾਂ ਨੇ ਵੀ ਸੁਣ ਲੈਣੀ ਆ ਪੰਜਾਬ ਦੇ ਵਿੱਚ ਸਾਡੇ ਕੋਲ ਲਗਭਗ ਇੱਕ ਇੱਕ ਦਿਨ ਦੇ ਦੋ ਦੋ ਦੀਵਾਨ ਹੁੰਦੇ ਆ ਇਹ ਸਾਡੇ ਬਾਹਰ ਇਹਨਾਂ ਵੀਰਾਂ ਦੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਕਿ ਸਖਜਾ ਜਨ ਇਹਨਾਂ ਦਿਨਾਂ ਦੇ ਵਿੱਚ ਆਪਾਂ ਇੱਥੇ ਲਾਉਣਾ ਵਾ ਬਾਕੀ ਅਸੀਂ ਮਈ ਜੂਨ ਜੁਲਾਈ ਅਗਸਤ ਪੰਜਾਬ ਦੇ ਪਿੰਡਾਂ ਨੂੰ ਲਗਾਤਾਰ ਟਾਈਮ ਦਿੰਨੇ ਆ ਤੇ ਮੈਂ ਇਹ ਵੀ ਇੱਕ ਸਵਾਲ ਕਰਨਾ ਚਾਹੁੰਦਾ ਕਿ ਜਿਹੜੇ ਬਲਾਰੇ ਹੋਰ ਵੀ ਬਾਹਰ ਹੁੰਦੇ ਉਹਨਾਂ ਨੂੰ ਮੀਡੀਆ ਵਾਲੇ ਪੁੱਛਣ ਕਿ ਜਦੋਂ ਤੁਸੀਂ ਇੱਥੋਂ ਜਾਂਦੇ ਤੁਹਾਡਾ ਪੰਜਾਬ 'ਚ ਕੀ ਯੋਗਦਾਨ ਆ ਅਸੀਂ ਜਦੋਂ ਇੱਧਰ ਆਉਂਦੇ ਆ ਤੇ ਚੱਲਣ ਤੋਂ 2 ਦਿਨ ਪਹਿਲਾਂ ਸਾਡੇ ਪੰਜਾਬ ਦੇ ਸਮਾਗਮ ਜਿਹੜੇ ਸਮਾਪਤ ਹੁੰਦੇ ਆ ਇੱਥੋਂ ਜਾਣ ਤੋਂ ਬਾਅਦ ਸਾਡੇ ਫਿਰ ਪੰਜਾਬ ਦੇ ਸਮਾਗਮ ਜਿਹੜੇ ਆ ਉਹ ਜਿਹੜੇ ਚੱਲਦੇ ਰਹਿੰਦੇ ਆ ਤੇ ਪੰਜਾਬ ਦੇ ਮਾਝਾ ਮਾਲਵਾ ਦ ਸਮਾਗਮ ਹੁੰਦੇ ਆ ਬਾਕੀ ਮੇਰੇ ਖਿਆਲ ਚ ਇਹ ਆਪਣੇ ਵੱਲੋਂ ਕਹਿਣ ਦੀਸਾਂ ਜ਼ਰੂਰਤ ਨਹੀਂ ਆ ਹਰ ਰਿਕਾਰਡਿੰਗ ਹਰ ਰਿਕਾਰਡਿੰਗ ਦੀ ਨਾਲ ਡੇਟ ਪਿੰਡ ਦਾ ਨਾਮ ਜਿਹੜਾ ਉਹ ਨੈਟ ਉਤੇ ਪੈ ਰਿਹਾ ਵਾ ਉਹਦਾ ਜਵਾਬ ਤੇ ਮੇਰੇ ਖਿਆਲ ਚ ਜਿਹੜੀ ਕਥਾ ਇੰਟਰਨੈਟ ਤੇ ਪਈ ਹੋਈ ਉਹਦਾ ਉਹ ਜਵਾਬ ਦੇ ਦੇਗੀ ਜੀ ਤੇ ਬਾਕੀ ਇਹ ਦਸਮ ਗ੍ਰੰਥ ਦੇ ਮੁੱਦੇ ਉੱਤੇ ਬਾਰ ਬਾਰ ਇਹ ਜਿਹੜੇ ਸਾਡੇ ਕੁਛ ਵੀਰ ਨਟਕਸਾਲੀ ਜਾਂ ਸੰਪਰਦਾਵਾਂ ਦੇ ਨਾਲ ਸੰਬੰਧਿਤ ਇਹ ਬਾਰ ਬਾਰ ਵਿਵਾਦ ਖੜਾ ਕਰਦੇ ਆ ਬਾਰ ਬਾਰ ਇਹ ਤੁਹਾਡਾ ਵਿਰੋਧ ਹੁੰਦਾ ਇਹ ਇਹ ਕਿਉਂ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਨੂੰ ਇੰਜ ਲੱਗਦਾ ਕਿ ਅਸਲ ਚ ਇਹ ਚੀਜ਼ ਦਾ ਬਹਾਨਾ ਬਣਾ ਕੇ ਗੱਲਾਂ ਹੁਣ ਵੇਖੋ ਜਿਹੜੇ ਜਿਹੜੇ ਬਾਹਰ ਬਿਆਨ ਦੇ ਰਹੇ ਉਹ ਅੰਤੇ ਜੀ ਸਾਡੇ ਸਾਡੇ ਸੰਤਾਂ ਬਾਰੇ ਬੋਲਦਾ ਸਰਬੀ ਸਿੰਘ ਕਿਤੇ ਤੇ ਬਾਦਲ ਤੇ ਬਾਦਲ ਦਾ ਸਿੱਖ ਮੈਨੂੰ ਕਹਿ ਰਿਹਾ ਕਿਤੇ ਕਿਤੇ ਧੁੰਮਾ ਤੇ ਭਾਈ ਭਾਈ ਆ ਬਲਕੇ ਧੁੰਮਾ ਖੁਦ ਸਾਡੇ ਬਾਰੇ ਬਿਆਨ ਦੇ ਦੇ ਰਿਹਾ ਵਾ ਕਿ ਇਹ ਜਿਹੜੇ ਆ ਆਰਐਸਐਸ ਮਤਲਬ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਉਹ ਬੰਦੇ ਆ ਜਿਹੜੇ ਇਹਨਾਂ ਦੀ ਅਸਲ ਚ ਦੁਕਾਨਾਂ ਬੰਦ ਹੋ ਰਹੀਆਂ ਜੀ ਮੁਕ ਦੀ ਗੱਲ ਆ ਕਿ ਇਹਨਾਂ ਨੂੰ ਪਿਛੋਂ ਚਾਬੀ ਦਿੱਤੀ ਜਾ ਰਹੀ ਹੈ ਦੁਕਾਨਾਂਾਂ ਮਾਂ ਤੋਂ ਰਹੀ ਗੱਲ ਦਸਮਗ੍ਰੰਥ ਦੀ ਜਿਹੜੇ 5 ਕਰੋੜ ਦਾ ਇਨਾਮ ਰੱਖ ਕੇ ਬੈਠੇ ਵਿਦਵਾਨ ਵੀ ਆ ਜਾਓ ਸਾਡੇ ਨਾਲ ਸਿਰਦ ਕਰ ਦਿਓ ਜੇ ਗੁਰੂ ਦੀ ਕਿਰਤ ਆ ਤੇ ਸਾਡਾ ਵਿਚਾਰ ਕਰ ਲਓ ਉਦੋਂ ਨੂੰ ਮੂੰਹ ਕਿਉਂ ਨਹੀਂ ਕਰਦੇ ਬਲਕਿ ਅਸੀਂ ਆਪਣੇ ਦੀਵਾਨਾਂ ਚ ਦਸਮਗ੍ਰੰਥ ਦੀ ਤੇ ਨਾਮ ਲਈ ਲੈਂਦੇ ਅਸੀਂ ਤੁਸੀਂ ਆ ਵੇਖਿਆ ਵੀ ਹਰ ਰਿਕਾਰਡਿੰਗ ਇੰਟਰਨੈਟ ਤੇ ਪਈ ਹੋਈ ਆ ਅਸੀਂ ਨਰੋਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਤੇ ਪੰਥ ਪ੍ਰਵਾਨ ਸਿੱਖ ਰ ਅਣੀ ਤੋਂ ਦੀ ਗੱਲ ਨਹੀਂ ਕਰਦੇ ਜੇ ਜਦੋਂ ਅਸੀਂ ਇਹਦੀ ਗੱਲ ਨਹੀਂ ਕਰਦੇ ਸਾਡੇ ਨਾਲ ਅਸਲ ਦੇ ਵਿੱਚ ਇਹ ਇਸ ਬਾਰੇ ਵਿਚਾਰ ਨਹੀਂ ਕਰਨਾ ਆਉਂਦੇ ਇਹ ਸਿੱਧਾ ਲੜਨ ਵਾਸਤੇ ਆਉਂਦੇ ਆ ਦੂਜੀ ਗੱਲ ਜਿਹੜੇ ਇਹਦੇ ਬਾਰੇ ਸ਼ਰਿਆਮ ਕਹਿੰਦੇ ਵੀ ਇਹ ਗੁਰੂ ਦੀ ਕਿਰਤ ਨਹੀਂ ਉਧਰ ਨੂੰ ਕਿਉਂ ਨਹੀਂ ਮੂੰਹ ਕਰਦੇ ਮੈਂ ਤੇ ਉਹਨਾਂ ਵਿਦਵਾਨਾਂ ਦੀ ਗੱਲ ਕਰਦਾ ਜਿਨ੍ਹਾਂ ਨੇ 5-5 ਕਰੋੜ ਰੁਪਏ ਇਨਾਮ ਰੱਖਿਆ ਵੀ ਆਜੋ ਸਿੱਧ ਕਰ ਦਿਓ ਇਹ ਸਗੋਂ 5 ਕਰੋੜ ਰੁਪਏ ਇਨਾਮ ਜਿਤਨਾਂ ਜਿਹੜੇ ਬੰਦੇ ਬਾਹਰਾਂ ਦੇ ਸੈਮੀਨਾਰ ਕਰਦੇ ਆ ਇਹ ਉਹਨਾਂ ਕੋਲ 5 ਕਰੋੜ ਇਨਾਮ ਜਿਤਨ ਸਿੱਧ ਕਰ ਦੇਣ ਵੀ ਗੁਰੂ ਦੀ ਕਰਤ ਹੈਗੀ ਹੈ ਤੇ ਪ੍ਰਚਾਰਕ ਤਾਂ ਅਸੀਂ ਇਹ ਗੱਲ ਕਰਦੇ ਹੀ ਨਹੀਂ ਅਸੀਂ ਤਾਂ ਸਿੱਖ ਰਹਿਤ ਮਰਯਾਦਾ ਦੀ ਬਾਣੀ ਮੁਤਾਬਕ ਸਿੱਖ ਰਹਿਤ ਮਰਯਾਦੇ ਜਜੋ ਨਿਜਮ ਦਿੱਥੇ ਹੋਏ ਆ ਉਹਦੇ ਮੁਤਾਬਕ ਅਸੀਂ ਗੱਲ ਕਰਦੇ ਆ ਬਾਕੀ ਸੰਗਤਾਂ ਜਿਹੜੀਆਂ ਹੁਣ ਜਾਗਰੂਕ ਹੋ ਰਹੀਆਂ ਵਾਂ ਸੰਗਤਾਂ ਆਏ ਦਿਨ ਗੁਰਬਾਣੀ ਦੀ ਵਿਚਾਰਨਾ ਜੁੜ ਰਹੀਆਂ ਆ ਅਕੀਬਾ ਜੀ ਜਿਵੇਂ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕੀਤੀ ਹੈਗੀ ਹੈ ਇਹ ਲੋਕ ਇਹ ਵੀ ਪ੍ਰਚਾਰ ਕਰਦੇ ਆ ਕਹਿੰਦੇ ਵੀ ਜਿਹੜੇ ਮਸ਼ਿਨਰੀ ਕਾਲਜ ਵਾਲੇ ਹੈਗੇ ਆ ਜਿਹੜੇ ਅਮਰਤ ਸੰਚਾਰ ਕਰਦੇ ਆ ਇਹ ਤਿੰਨ ਬਾਣੀਆਂ ਹੀ ਪੜ੍ਹਦੇ ਆ ਜਪ ਸਾਹਿਬ ਆਪਦੇ ਜਿਹੜੇ ਤੁਹਾਡੇ ਵਿਦਿਆਰਥੀ ਉਹਨਾਂ ਨੂੰ ਵੀ ਨਹੀਂ ਪੜ੍ਹਨ ਦਿੰਦੇ ਇਹਦੇ ਵਿੱਚ ਕਿੰਨੀ ਨਿਕਸ ਚ ਆਈ ਪਹਿਲੀ ਗੱਲ ਤੇ ਮੇਰੇ ਖਿਆਲ ਜੀ ਇਹ ਹਰ ਜਗ੍ਹਾ ਤੇ ਆਪਾਂ ਇਹ ਗੱਲ ਕਹਿ ਚੁੱਕੇ ਆ ਕਿ ਜਦੋਂ ਸਾਡੇ ਕੋਲ ਦੇ ਵਿੱਚ ਪਹਿਲਾਂ ਇੰਟਰਵਿਊ ਆਪਣੇ ਬੱਚੇ ਆਉਂਦੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਨਿਤਨੇਮ ਯਾਦ ਕਰਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨਿਤਨੇਮ ਯਾਦ ਕਰਾਉਣ ਤੋਂ ਬਾਅਦ ਫਿਰ ਜਦੋਂ ਬਾਕੀ ਗੁਰਬਾਣੀ ਦੀ ਸੰਥਿਆ ਹੁੰਦੀ ਆ ਖੰਡੇ ਦੀ ਪਾਉਲ ਜਿਹੜੇ ਵਿਦਿਆਰਥੀ ਆਉਂਦੇ ਉਹਨਾਂ ਨੂੰ ਦੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸ਼ਿਕਾਈ ਜਾਂਦੀ ਆ ਅਕਾਲ ਤਖਤ ਤੋਂ ਲੋ ਪੰਥ ਪ੍ਰਵਾਨ ਜਿਹੜੀਆਂ ਬਾਣੀਆਂ ਵਾਂ ਉਹ ਪੰਜੇ ਬਾਣੀਆਂ ਪੜ੍ਹ ਕੇ ਖੰਡੇ ਦੀ ਪਾਉਲ ਤਿਆਰ ਕੀਤੀ ਜਾਂਦੀ ਆ ਇਹ ਇਹੋ ਜੇ ਬਹੁਤ ਜਾਦੀਆਂ ਗੱਲਾਂ ਬਾਹਰ ਉਡਾ ਚੁੱਕੇ ਜੀ ਇਹ ਦੋ ਬਾਣੀਆਂ ਪੜ੍ਹਦੇ ਜੀ ਤੇ ਇੰਨੀਆਂ ਬਾਣੀਆਂ ਪੜ੍ਹ ਕੇ ਅਮਰ ਸੰਚਾਰ ਕਰਦੇ ਆ ਅਦਾਲਤ ਵੀ ਸਬੂਤ ਮੰਗਦੀ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਸਬੂਤ ਪ ਤਕਦੀਮ ਮर्याਦਾ ਮੁਤਾਬਕ ਹੁੰਦਾ ਵਾ ਉਥੇ ਤੇ ਬਾਕੀ ਵੀ ਜਿਹੜਾ ਅਮਰ ਸੰਚਾਰ ਆ ਉਹ ਵੀ ਅਕਾਲ ਤਖ ਦੀ ਮर्याਦਾ ਮੁਤਾਬਕ ਕੀਤਾ ਜਾਂਦਾ ਵਾ ਸੋ ਉਹਨਾਂ ਨੂੰ ਪੁੱਛਣ ਜਿਹੜੇ ਅਕਾਲ ਤਖ ਦੀ ਮर्याਦਾ ਨੂੰ ਮੰਨਦੇ ਨਹੀਂ ਵਾਜੀ ਤੇ ਬਾਕੀ ਭਾਜੀ ਮੀਡੀਆ ਦੇ ਵਿੱਚ ਇੱਕ ਗੱਲ ਹੋਰ ਪ੍ਰਚਾਰੀ ਜਾ ਰਹੀ ਆ ਕਹਿੰਦੇ ਵੀ ਤੁਸੀਂ ਜਿਹੜੀ ਗੁਰਬਾਣੀ ਦੀ ਕਥਾ ਕਰਦੇ ਹੋ ਉਹਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹੋ ਇਹਦਾ ਕੀ ਭਾਵ ਹੋ ਸਕਦਾ ਉਹਨਾਂ ਦਾ ਕਹਿਣਾ ਵੀ ਕਿਸ ਤਰੀਕੇ ਬਸ ਉਹ ਇਹ ਲੈਂਦੇ ਵੀ ਜਿਹੜਾ ਬਾਣੀ ਚ ਸੰਤ ਜਾਂ ਹੋਰ ਪਖੰਡ ਦੀ ਹੁਣ ਸਿੱਧੇ ਸ਼ਬਦਾਂ ਜੀ ਬਾਣੀ ਵਿੱਚ ਗੱਜ ਸਾਢੇ ਤੈਂ ਤੇ ਤੋਤੀਆਂ ਤੇਰੇ ਪੈਨ ਤੱਕ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥਨ ਬਾਗ ਉਹ ਹਰ ਕੇ ਸੰਤਨਾ ਕੀ ਬਨਾਰਸ ਦੇ ਠੱਗ ਇਹ ਚੋਂ ਤੋੜ ਮਰੋੜ ਕੇ ਕੀ ਪੇਸ਼ ਕਰ ਲਵਾਂਗੇ ਜੇ ਗੜਵਾ ਬਨਾਰਸ ਦਾ ਠੱਗ ਫੜੇ ਬਾਬਾ ਫੜੇ ਉਹ ਵੀ ਠੱਗਾ ਜੇ ਪੰਜਾਬ ਦਾ ਕੋਈ ਬਾਬਾ ਫੜੇ ਤੇ ਉਹ ਵੀ ਠੱਗ ਵਾ ਮੁੱਖ ਦੀ ਗੱਲ ਆ ਕਿ ਇਹ ਇਹ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਕਿ ਬਾਣੀ ਇਹ ਤਾਂ ਇਸ ਤੋ ਕਹਿੰਦੇ ਕਿ ਬਾਣੀ ਦਾ ਅਰਥ ਕਰਨਾ ਵੀ ਬਾਣੀ ਦੀ ਨਰਾਦਰੀ ਆ ਇਕੋਤਰੀਆਂ ਕਰਨੀਆਂ ਬਾਣੀ ਦਾ ਸਤਿਕਾਰ ਵਾ ਸੰਪਟ ਲਾਉਣੇ ਦੇ ਮਤਲਬ ਬਾਣੀ ਦਾ ਸਤਿਕਾਰ ਵਾ 12 ਸੀਟਾਂ ਨੂੰ ਮੱਥੇ ਟਿਕਾਉਣੇ ਦੇ ਮਤਲਬ ਬਾਣੀ ਦਾ ਸਤਿਕਾਰ ਵਾ ਖੂਂਡੀਆਂ ਨੂੰ ਮੱਥੇ ਟੇਕੇ ਜਾ ਰਹੇ ਆ ਬਾਬਿਆਂ ਦੀਆਂ ਗੱਡੀਆਂ ਨੂੰ ਮੱਥੇ ਟੇਕੇ ਜਾ ਰਹੇ ਆ ਉਹ ਜਿਹੜੇ ਆਕਾਸ਼ 'ਚੋਂ ਸੰਤਰੇ ਤੋੜ ਤੋੜ ਕੇ ਪ੍ਰਚਾਰ ਖਾਉਂਦੇ ਆ ਤੇ 20-20 ਫੁੱਟ ਸ਼ਹੀਦ ਵਿਖਾਉਂਦੇ ਆ ਜਿਹੜੇ ਉਹ ਇਹਨਾਂ ਮੁਤਾਬਕ ਪੰਥ ਦੇ ਸਤਿਕਾਰਕ ਪ੍ਰਚਾਰਕ ਵਾ ਤੇ ਜਿਹੜੇ ਮਰਿਆਦਾ ਤੇ ਗੁਰੂਆਂ ਦੇ ਸਿਧਾਂਤ ਗੱਲ ਕਰਦੇ ਆ ਉਹ ਤੋੜ ਮੋੜ ਕੇ ਪੇਸ਼ ਕਰਦੇ ਆ ਮੇਰੇ ਖਿਆਲ ਚ ਇਹ ਹੋਣਾ ਬਿੱਲੀ ਥੈਲਿਓ ਜਿਹੜੀ ਉਹ ਬਾਹਰ ਆ ਚੁੱਕੀ ਹੈ ਜਿਆਦਾ دیر ਸੁਪੀ ਰਹਿਣੀ ਨਹੀਂ ਗੱਲ ਹਰ ਸੰਗਤ ਜਿਹੜੀ ਆ ਉਹ ਆਏ ਦਿਨ ਸੁਚੇਤ ਹੋ ਰਹੀ ਆ ਤੇ ਬਾਣੀ ਦੇ ਅਰਥ ਵਿਚਾਰ ਜਿਹੜੀ ਉਹ ਪੜ ਰਹੀ ਆ ਇੱਕ ਬਾਈਕਲ ਹੋਰ ਵੀ ਇਹ ਅਕਸਰ ਕਹਿੰਦੇ ਆ ਕਹਿੰਦੇ ਵੀ ਜੇ ਤੁੰਦਾ ਸਭ ਸਟੇਜ ਤੇ ਕਥਾ ਕਰਦੇ ਆ ਤੇ ਵੀ ਇਹ ਸਿਆਸੀ ਲੋਕਾਂ ਨੂੰ ਵਿੱਚ ਕਢੀਸ ਲੈਂਦੇ ਆ ਤੇ ਸੰਤਾਂ ਨੂੰ ਵੀ ਵਿੱਚ ਕਢੀਸ ਲੈਂਦੇ ਆ ਤੇ ਵੀ ਸੁਖਮਨੀ ਸਾਹਿਬ ਦੇ ਵਿੱਚ ਸੰਤਾਂ ਦੀ ਬੜੀ ਮਹਿਮਾ ਲਿਖੀ ਹੋਈ ਆ ਤੇ ਜਿਹੜੀਆਂ ਇਹ ਦੰਦੀਆਂ ਸਟੇਜ ਦੇ ਉੱਤੇ ਆਪਾਂ ਗੱਲਾਂ ਕਰਦੇ ਆ ਲੋਕਾਂ ਨੂੰ ਮਹਿਮਾ ਭਰਮਾਉਣ ਦੇ ਜੋ ਕੱਢਣ ਵਾਸਤੇ ਜਾਂ ਸੰਤ ਸਮਾਜ ਦੇ ਇਹ ਨੂੰ ਜਿਹੜੇ ਪਖੰਡੀ ਸਾਧ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਕੀ ਇਹ ਰਹਿਤ ਮਰਿਆਦਾ ਅਨਸਾਰ ਪਰਮਾਣਿਤ ਆ ਬਿਲਕੁਲ ਜੀ ਉਹਦਾ ਕਾਰਨ ਇਹ ਆ ਕਿ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਗੁਰੂ ਸਾਹਿਬ ਕਹਿੰਦੇ ਨੇ ਰਾਜੇ 嗯。Hmm. ਉਹ ਤਾਂ ਰੱਬ ਨਾਲ ਜੋੜ ਰਹਾ ਉਹਨਾਂ ਨੂੰ ਰਾਜੇ ਸ਼ੀਂਹ ਤੇ ਮੁਕਦਮ ਕੁੱਤੇ ਕਹਿੰਦੀ ਕੀ ਲੋੜ ਪਈ ਜੋੜਨ ਤੇ ਉਹ ਰੱਬ ਨਿਰੰਕਾਰ ਨਾਲ ਆਏ ਸੀ ਤੁਸੀਂ ਗੁਰਬਾਣੀ ਵਿੱਚ ਤੁਹਾਨੂੰ अनेका ਕੋਈ ਹਾਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਲ ਸਚਾਰ ਕੇ ਝੂਠੇ ਕਰ ਦਵਾਜੇ ਕਹਿੰਦੀ ਕੀ ਲੋੜ ਪਈ ਸੀ ਇਹਦਾ ਅਰਥ ਤੁਸੀਂ ਤੁਸੀਂ ਪੱਤਰਕਾਰ ਤੋਂ ਹੰਦਾ ਲਓ ਜੀ ਪੱਤਰਕਾਰ ਅਜੇ ਇਹ ਨਹੀਂ ਕਹਿੰਦਾ ਕਿ ਮੈਂ ਧਾਰਮਿਕ ਹਾਂ ਉਹ ਵੀ ਰਾਜਨੀਤਿਕ ਲੋਕਾਂ ਨੂੰ ਖਿੱਚ ਕੇ ਕਟਹਿਰ 'ਚ ਖੜਾ ਕਰਦਾ ਕਿ ਤੁਸੀਂ ਇੱਥੇ ਗਲਤ ਜੇ ਤੇ ਅਸੀਂ ਤੇ ਆਪਣੇ ਆਪ ਨੂੰ ਧਾਰਮਿਕ ਲੋਕ ਖਵਾਉਨੇ ਆ ਅਸੀਂ ਸਿਆਸੀ ਬੰਦਿਆਂ ਦੀਆਂ ਤੇ ਅਖੌਤੀ ਧਾਰਮਿਕ ਲੋਕਾਂ ਦੀਆਂ ਗੱਲਾਂ ਤੇ ਪੜਦੇ ਪਾਈ ਜਾਈਏ ਤੁਸੀਂ ਕਦੀ ਸੋਚ ਕੇ ਵੇਖੋ ਕਿ ਜਿਹੜੇ ਜਿਹੜੇ ਪੱਤਰਕਾਰ ਉਹ ਸਗੋਂ ਜਿਹੜੇ ਉਹ ਸਮੇਂ ਤੇ ਮੰਤਰੀ ਰਾਜੇ ਹੁੰਦੇ ਉਹਨਾਂ ਨੂੰ ਖਿੱਚ ਕੇ ਲੈ ਆਉਂਦੇ ਭਾਈ ਤੁਸੀਂ ਇੱਥੇ ਗਲਤ ਜੇ ਤੇ ਜਿਹੜੇ ਜਿਹੜੇ ਖਾਂਦੇ ਧਰਮ ਦਾ ਨਾਂ ਤੇ ਆ ਤੇ ਉਹ ਪਰਦਾ ਪਾ ਕੇ ਬੈਠੇ ਹੋਏ ਆ ਗੱਲ ਕੀ ਆ ਕਿ ਸਮਾਜ ਵਿੱਚ ਭਾਵੇਂ ਰਾਜਨੀਤਿਕ ਬੰਦਾ ਹਾਂਜੀ ਭਾਵੇਂ ਧਾਰਮਿਕ ਬੰਦਾ ਜੇ ਉਹ ਗਲਤ ਕੰਮ ਕਰ ਰਿਹਾ ਤੇ ਗੁਰੂ ਸਹਿਬ ਨੇ ਉਹਦਾ ਲਿਆਜ ਨਹੀਂ ਕੀਤਾ ਜਿਵੇਂ ਬਾਣੀ ਵਿੱਚ ਸ਼ਬਦ ਆਉਂਦਾ ਵਾ ਵੀ ਕਲ ਮੈਂ ਆਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੇ ਹੁਣ ਇਹ ਅੱਖੀ ਮੀਟਣ ਨੂੰ ਧਰਮ ਕਹਿੰਦੇ ਆ ਹਾਂਜੀ ਹੁਣ ਗੁਰਬਾਣੀ ਕਹਿੰਦੀ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਵੀ ਅੱਖੀਆਂ ਮੀਟਣ ਵਾਲੇ ਤੁਸੀਂ ਤੇ ਅੱਖਾਂ ਮੀਟ ਮਿਟ ਕੇ ਤੇ ਰੱਬ ਨੂੰ ਜੜਾ ਵਾ ਉਹ ਤੁਸੀਂ ਕੀ ਸਮਝਿਆ ਹੋਇਆ ਵਾ ਤੇ ਅੱਖਾਂ ਮੀਟ ਮਿਟ ਕੇ ਤੁਸੀਂ ਸੰਸਾਰ ਨੂੰ ਠੱਗ ਰਹੇ ਜੀ ਤੁਹਾਨੂੰ ਅਨੇਕਾਂ ਸ਼ਬਦ ਇਦਾਂ ਦੇ ਮਿਲ ਜਾਣਗੇ ਬਿਲਕੁਲ ਇਹ ਗੁਰਬਾਣੀ ਵਿੱਚ ਲਿਖਿਆ ਹੋਇਆ ਭਾਵੇਂ ਸਮੇ ਦਾ ਰਾਜਨੀਤਿਕ ਬੰਦਾ ਭਾਈ ਗੁਰਦਾਸ ਦੀਆਂ ਪੌੜੀਆਂ ਪੜ੍ਹ ਕੇ ਵੇਖ ਲਓ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਇਹ ਕੀ ਲਿਖਣ ਦੀ ਕਿਉਂ ਲੋੜ ਪਈ ਇਹਦਾ ਮਤਲਬ ਰਾਜ ਤੇ ਹੁਣ ਗੁਰੂ ਸਾਹਿਬ ਬਾਬਰ ਨੂੰ ਕਹਿੰਦੇ ਵੀ ਪਾਪ ਕੀ ਜਾਂ ਜਲੇ ਕਾਬਲੋਂ ਤਾਇਆ ਜੋਰੀ ਮੇ ਜੋੜਨ ਰੱਬ ਨੇ ਆਇਆ ਬਾਬਰ ਨੂੰ ਕਹਿਣ ਦੀ ਕੀ ਲੋੜ ਪਈ ਇਹਦਾ ਮਤਲਬ ਬਾਬਰ ਦੀਆਂ ਕਮੀਆਂ ਨੂੰ ਸਮਾਜ ਵਿੱਚ ਨੰਗਾ ਕਰਨਾ ਇਹ ਵੀ ਇੱਕ ਧਰਮ ਦੀ ਗੱਲ ਵਾ ਵਾ ਜੀ ਬਹੁਤ ਵਧੀਆ ਗੱਲ। ਬਾਕੀ ਭਾਈ ਆਖਰੀ ਮੇਰਾ ਸਵਾਲ ਹੋਊਗਾ ਕਿ ਜਿਵੇਂ ਤੁਹਾਡੇ ਦੁਵਾਨ ਹੁਣ ਵੱਖ-ਵੱਖ ਹੋਰ ਵੀ ਸ਼ਹਿਰਾਂ ਦੇ ਵਿੱਚ ਹੋਣ ਜਾ ਰਹੇ ਆ ਆਲਓਵਰ ਅਮਰੀਕਾ ਕੈਨੇਡਾ ਦੇ ਵਿੱਚ ਇਹ ਸੌਮ ਸੌਰੀ ਕੈਲੀਫੋਰਨੀਆ ਦੇ ਵਿੱਚ ਹੋਣਗੇ ਸ਼ਾਇਦ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸੰਗਤ ਨੂੰ ਮੈਂ ਤੇ ਇਹੋ ਕਹਿਣਾ ਚਾਹਾਂਗਾ ਜੀ ਜਿੰਨਾ ਮਰਜ਼ੀ ਕੋਈ ਕਿਸੇ ਬਾਰੇ ਕਹੀ ਜਾਵੇ ਇਹ ਮੇਰੇ ਖਿਆਲ ਚ ਕਹਿਣ ਦੀ ਲੋੜ ਨਹੀਂ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਤੁਸੀਂ ਕਿਸੇ ਪ੍ਰਚਾਰਕ ਤੇ ਵੀ ਯਕੀਨ ਨਾ ਕਰੋ ਬੇਸ਼ੱਕ ਭਾਵੇਂ ਅਸੀਂ ਆ ਤੁਸੀਂ ਖੁਦ ਗੁਰਬਾਣੀ ਪੜੋ ਜਿਹੜੇ ਸ਼ਬਦਾਂ ਦੇ ਅਸੀਂ ਅਰਥ ਦੱਸਦੇ ਆ ਤੁਸੀਂ ਇੱਕ ਵਾਰ ਖੁਦ ਪੜ੍ਹ ਲਓ ਜੇ ਤੁਹਾਨੂੰ ਫਿੱਟ ਬੈਠਦੇ ਤੇ ਵੀ ਤੁਹਾਨੂੰ ਯਕੀਨ ਕਰਨ ਦੀ ਜਰੂਰਤ ਨਹੀਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਰਥ ਭਾਵ ਪੜ੍ਹ ਲਓ ਸਮਝ ਲਓ ਆਪਣੇ ਆਪ ਸੰਗਤਾਂ ਨੇ ਨਿਰਣਾ ਕਰ ਲੈਣਾ ਕੀ ਸਹੀ ਆ ਤੇ ਕੀ ਗਲਤ ਆ ਕੋਕੀ ਜਦੋਂ ਜੇ ਤੇ ਅਸੀਂ ਇਹ ਫੈਸਲਾ ਲਈਏ ਜੋ ਅਸੀਂ ਕਹਿ ਰਹੇ ਉਹ ਹੀ ਆਖਰੀ ਸੱਚ ਵਾ ਅਸੀਂ ਇਦਾਂ ਵੀ ਨਹੀਂ ਕਹਿੰਦੇ ਅਸੀਂ ਕਹਿੰਦੇ ਵਿਚਾਰ ਸੁਣੋ ਸੁਣਨ ਤੋਂ ਬਾਅਦ ਖੁਦ ਗੁਰਬਾਣੀ ਪੜੋ ਆ ਵਿਚਾਰੋ ਵਿਚਾਰਨ ਤੋਂ ਬਾਅਦ ਆ ਵੇਖੋ ਕੀ ਸਹੀ ਆ ਤੇ ਕੀ ਗਲਤ ਆ ਤੇ ਮੇਰੇ ਖਿਆਲ ਚ ਆਏ ਦਿਨ ਜਿਹੜੀ ਇਹ ਸੰਗਤ ਸੁਚੇਤ ਹੋ ਰਹੀ ਆ ਇਹਨਾਂ ਦੀ ਘਬਰਾਹਟ ਇਹ ਗੱਲ ਦੱਸ ਰਹੀ ਆ ਕਿ ਸੰਗਤ ਸੁਚੇਤ ਹੋ ਰਹੀ ਆ ਜੇ ਇੱਕ ਇੱਕ ਇਹਦਾ ਮਜਾਰੇ ਤੇ ਘਬਰਾਹਟ ਵਿੱਚ ਨਾ ਆਣ ਕੇ ਕਰਨ ਜੇ ਪਬਲਿਕ ਨਾ ਜਾ ਕੇ ਮੇਰੇ ਖਿਆਲ ਚ ਇੱਕ ਘਰਾਂ ਚੋਂ ਆਉਣ ਹੀ ਨਾ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਆਏ ਦਿਨ ਸੰਗਤ ਜਿਹੜੀ ਇਹ ਸੁਚੇਤ ਹੋ ਕੇ ਗੁਰੂ ਦੀ ਬਾਣੀ ਨਾਲ ਜੁੜ ਰਹੀ ਆ ਤੇ ਇਹਨ ਦੇਖੇ ਜਾ ਰਿਹਾ ਤੇ ਹੁਣ ਗੁਰਬਾਣੀ ਆਪ ਪੜੀ ਤੇ ਵਿਚਾਰੀ ਜਾ ਰਹੀ ਆ। ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦ ਕਰਨਾ ਚਾਹਾਂਗਾ ਗੁਰਦੁਆਰਾ ਸਿੰਘ ਸਭਾ ਫੈਜੀਨੋ ਦੀ ਸਮੂਹ ਕਮੇਟੀ ਦਾ ਤੇ ਸਾਡੇ ਵੀਰ ਸ਼ਾਰਾ ਸਿੰਘ ਜੀ ਤੇ ਇਨਸਾਉਮਨੀ ਵੀਡੀਓ ਵਾਲੇ ਜਿਨ੍ਹਾਂ ਨੇ ਇਹ ਅੱਜ ਦੀ ਸਾਡੀ ਇੰਟਰਵਿਊ ਰਿਕਾਰਡ ਕੀਤੀ ਸਾਡੇ ਅੱਜ ਦੇ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਤੁਹਾਡਾ ਕਮੈਂਟਸ ਦੇ ਵਿੱਚ ਸਾਨੂੰ ਇੰਤਜ਼ਾਰ ਰਹੂਗਾ ਫਿਰ ਕਿਤੇ ਹੋਰ ਕਿਸੇ ਸ਼ਖਸੀਅਤ ਦੇ ਨਾਲ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।